ਫਿਰੋਜ਼ਪੁਰ ਵਿੱਚ ਲੋਕਾਂ ਦੇ ਮਨਾਂ 'ਚੋਂ ਪੁਲਿਸ ਦਾ ਖੌਫ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਆਏ ਦਿਨ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਮਾਮਲਾ ਫਿਰੋਜ਼ਪੁਰ ਦੇ ਗਵਾਲ ਮੰਡੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਲੜਕੇ ਵੱਲੋਂ ਘਰ ਵਿੱਚ ਦਾਖਲ ਹੋ ਕੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਘਰ ਵਿੱਚ ਇਕੱਲੀ ਸੀ ਅਤੇ ਉਹਨਾਂ ਦੇ ਮੁਹੱਲੇ ਦਾ ਹੀ ਇੱਕ ਲੜਕਾ ਸਚਿਨ ਉਰਫ ਨੰਨਾ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦ ਲੜਕੀ ਨੇ ਰੌਲਾ ਪਾਇਆ ਤਾਂ ਉਹ ਉੱਥੋਂ ਭੱਜ ਗਿਆ। ਜਦ ਉਹਨਾਂ ਨੇ ਲੜਕੇ ਦੇ ਘਰ ਉਲਾਂਭਾ ਦਿੱਤਾ ਤਾਂ ਲੜਕੇ ਨੇ ਬਾਹਰੋਂ ਮੁੰਡੇ ਬੁਲਾ ਕੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਉਸ ਕੋਲ ਪਿਸਤੌਲ ਹੈ, ਅਗਰ ਉਹਨਾਂ ਨੇ ਕੋਈ ਵੀ ਕਾਰਵਾਈ ਕਰਵਾਈ ਤਾਂ ਉਹ ਉਹਨਾਂ ਨੂੰ ਜਾਨੋਂ ਮਾਰ ਦੇਵੇਗਾ। ਜਿਸ ਸੰਬੰਧੀ ਉਹ ਪੁਲਿਸ ਨੂੰ ਇਤਲਾਹ ਕਰ ਚੁੱਕੇ ਹਨ, ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਸਚਿਨ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ। ਫਿਰੋਜ਼ਪੁਰ ਦੇ ਕੈਂਟਰ ਰਹਿਣ ਵਾਲੀ ਹਾਂ, ਮੇਰੀ 14 ਸਾਲ ਉਮਰ ਹੈ, ਮੈਂ ਨਾਬਾਲਿਗ ਹਾਂ। ਮੇਰੇ ਘਰ ਆ ਕੇ ਨੰਨੇ ਨੇ, ਜੋ ਕਿ ਸਚਿਨ ਉਹਦਾ ਨਾਮ ਹੈ, ਆ ਕੇ ਮੇਰੇ ਗੱਲ ਪੈਣ ਲੱਗਾ, ਮੇਰੇ ਨਾਲ ਹਰਕਤਾਂ ਕੀਤੀਆਂ। ਜਦਕਿ ਮੈਂ ਰੌਲਾ ਪਾਉਣ ਲੱਗੀ, ਉਹਨੇ ਮੇਰੇ ਟੀ ਸ਼ਰਟ ਪਾੜ ਦਿੱਤੀ। ਮੈਂ ਆਪਣੇ ਘਰਦਿਆਂ ਨੂੰ ਦੱਸਿਆ, ਮੇਰੇ ਮੰਮਾ ਗਏ, ਮੇਰੇ ਚਾਚੂ ਦੇ ਆ ਕੇ ਗੱਲ ਪੈ ਗਿਆ, ਚਾਚੂ ਦੇ ਆ ਕੇ ਗੱਲ ਪਿਆ, ਮੇਰੇ ਮੰਮਾ ਦੇ ਇੱਟਾਂ ਮਾਰੀਆਂ, ਸਿਰ ਪਾੜ ਦਿੱਤਾ, ਉਹਨਾਂ ਦਾ ਮੈਨੂੰ ਧਮਕੀਆਂ ਦਿੰਦਾ ਵਾ, ਪਿਸਟਲ ਹੈ ਉਹਦੇ ਕੋਲ 2 ਨੰਬਰ ਦਾ। ਹਾਲੇ ਮਤਲਬ ਭਗਵੰਤ ਮਾਨ ਨੇ ਕੁਛ ਦਿਨ ਪਹਿਲਾਂ ਹੀ ਕੀਤਾ ਸੀ, ਅਧਿਆਇ ਕੀਤਾ ਸੀ ਕਿ ਪਿਸਟਲ ਨਾਲ ਕੋਈ ਪੁਸ਼ ਪਾਣੀ ਨਹੀਂ ਗੀ, ਬਟ ਇਹਦੇ 'ਤੇ ਕੋਈ ਅਸਰ ਨਹੀਂ ਹੈ, ਇਹਦੇ 'ਤੇ ਕੋਈ ਕਾਰਵਾਈ ਨਹੀਂ, ਮਾਰਨ ਦੀਆਂ ਸਾਨੂੰ ਧਮਕੀਆਂ ਦਿੰਦਾ ਹੈ। ਹੁਣ ਕੀ ਮੰਗ ਕਰਦੇ ਹੋ, ਕਾਰਵਾਈ? ਹਾਂਜੀ, ਇਨਸਾਫ ਚਾਹੀਦਾ ਸਾਨੂੰ, ਕਾਰਵਾਈ ਹੋਣੀ ਚਾਹੀਦੀ। ਹਾਂਜੀ, ਹੋਣੀ ਚਾਹੀਦੀ। ਜੀ, ਮੇਰਾ ਨਾਮ ਸ਼ਾਲਨੀ ਹੈ, ਮੈਂ ਗਵਾਲ ਟੋਲੀ ਦੀ ਰਹਿਣ ਵਾਲੀ ਹਾਂ, 7 ਨੰਬਰ ਚੁੰਗੀ ਦੀ। ਜੀ, ਮੇਰੀ ਕੁੜੀ ਘਰ 'ਚ ਇਕੱਲੀ ਸੀਗੀ, ਕੱਲ੍ਹ 26 ਤਰੀਕ ਦਾ ਦਿਨ, ਸਾਨੂੰ 4:30 ਵਜੇ ਮੁੰਡਾ ਸਾਡੇ ਘਰ ਵੜ ਗਿਆ, ਇਕੱਲੀ ਮੇਰੀ ਕੁੜੀ ਨੂੰ ਵੇਖ ਕੇ ਉਹਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਕੀਤੀਆਂ ਸੀ। ਜਦੋਂ ਮੇਰੀ ਕੁੜੀ ਨੇ ਉਹ ਰੌਲਾ ਪਾਇਆ, ਬੋਲੀ ਹੈ, ਅਤੇ ਉਹਨਾਂ ਨੇ ਇਹਨੂੰ ਧਮਕਾਇਆ, ਇਹਦੇ ਕੱਪੜੇ ਪਾੜ ਦਿੱਤੇ ਕੁੜੀ ਦੇ। ਜਦੋਂ ਅਸੀਂ ਬੁਲਾਵਾ ਦੇਣ ਉਹਨਾਂ ਦੇ ਘਰ ਗਏ, ਤਾਂ ਉਹ ਆਪਦੇ ਗੁੰਡੇ ਦੋਸਤਾਂ ਨੂੰ ਲੈ ਕੇ ਅਤੇ ਸਾਡੇ ਘਰ ਆ ਗਿਆ, ਮਾਰ ਕੁੱਟ ਕੀਤੀ ਸਾਡੇ ਨਾਲ, ਮੇਰਾ ਸਿਰ ਪਾੜ ਤਾਂ ਮੇਰੇ ਦੇਵਰ ਨਾਲ ਉਹਨੇ ਮਾਰ ਕੁੱਟ ਕੀਤੀ ਸੀ। ਕੋਈ ਨਸ਼ਾ ਵੀ? ਹਾਂਜੀ, ਨਸ਼ਾ ਕੀਤਾ ਸੀ ਉਹਨੇ, ਉਹਨੇ ਸ਼ਰਾਬ ਪੀਤੀ ਸੀ, ਡਰਿੰਕ ਕੀਤੀ ਹੋਈ ਸੀ ਫੁੱਲ, ਅਤੇ ਇਕੱਲੀ ਘਰ ਸੀ ਲੜਕੀ, ਇਕੱਲੀ ਘਰ ਸੀਗੀ ਸਾਡੀ, ਅਤੇ ਉਹਦੇ ਹੱਥੋਂ ਪਾਈ ਕਰਦਾ ਸੀਗਾ, ਉਹਦੇ ਨਾਲ ਜ਼ਬਰਦਸਤੀ ਕਰ, ਅਸ਼ਲੀਲ ਨਾਬਾਲਿਗ ਮੇਰੀ ਕੁੜੀ ਹੈ, 14 ਸਾਲ ਦੀ ਹੈ। ਹਾਂਜੀ, ਅਤੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ, 3-3 ਦਿਨ ਹੋ ਗਏ ਹੋਸਪਿਟਲ 'ਚ ਪਏ ਨੂੰ, ਕੋਈ ਸੁਣਵਾਈ ਨਹੀਂ। ਘਰ ਵਰ ਕੇ ਤੁਹਾਡੇ ਨਾਲ ਕੁੱਟਮਾਰ? ਹਾਂਜੀ, ਸਾਡੇ ਘਰ ਦੀ ਕੁੱਟਮਾਰ ਕੀਤੀ, ਸਾਡੇ ਘਰ ਤੋੜਿਆ ਉਹਨਾਂ ਨੇ ਆ ਕੇ, ਇੱਟਾਂ ਚਲਾਈਆਂ ਨੇ, ਸਾਡਾ ਗੇਟ ਤੋੜ ਦਿੱਤਾ ਪੂਰਾ ਘਰ ਆ ਕੇ, ਸਾਡੇ ਭਾਂਡੇ ਭੁੰਡੇ ਸਾਰੇ ਖਿਲਾਰ ਦਿੱਤੇ ਸੀ ਉਹਨਾਂ ਨੇ, ਬੈੱਡ ਵਗੈਰਾ ਤੋੜ ਦਿੱਤਾ ਸੀਗਾ। ਹਾਂਜੀ, ਗੁੰਡਾਗਰਦੀ ਕੀਤੀ। ਹਾਂਜੀ, ਸ਼ਰੇਆਮ ਕੀਤੀ ਦਿਨ ਦਿਹਾੜੇ ਉਹਨਾਂ ਨੇ, ਤਾਂ ਹੁਣ ਦੱਸੋ ਅਸੀਂ ਕਿੱਥੇ ਜਾਈਏ? ਕੀ ਬਦਲਾਵ? ਬਦਲਾਵ ਕੁਛ ਨਹੀਂ ਕੀਤਾ, ਸਰਕਾਰ ਆਈ ਹੈ ਪਰ ਸਰਕਾਰ ਨੇ ਕੋਈ ਬਦਲਾਵ ਨਹੀਂ ਕੀਤਾ, ਸਰਕਾਰ ਕਹਿੰਦੀ ਹੈ ਬਦਲਾਵ ਕਰਨ ਦਾ ਪਰ ਕੀਤਾ ਨਹੀਂ ਹੈ। ਕੀ ਹੁਣ ਬਾਹਰ ਨਿਕਲਣਾ ਕਿਸ ਤਰ੍ਹਾਂ? ਹੁਣ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ, ਦਿਨ ਦਿਹਾੜੇ ਸਾਨੂੰ ਗੁੰਡਾਗਰਦੀ ਹੁੰਦੀ ਪਈ ਹੈ, ਸਰਕਾਰ ਨੇ ਉਹਨਾਂ 'ਤੇ ਕੰਮ ਕਾਰ ਜਾਣਾ ਹੁੰਦਾ ਹੈ, ਸਾਨੂੰ ਸ਼ਰੇਆਮ ਧਮਕੀਆਂ ਮੁੰਡਾ ਦੇ ਕੇ ਜਾਂਦਾ ਪਿਆ ਵੱਢਣ ਦੀਆਂ, ਕਹਿੰਦਾ ਤੁਹਾਨੂੰ ਮੈਂ ਵੱਢ ਦਾਂਗਾ। ਕੀ ਉਹਦੇ ਕੋਲ? ਹਾਂਜੀ, ਕੀ ਇੱਥੇ ਉਹਦੇ ਕੋਲ ਪਿਸਤੌਲ ਹੈ ਉਹਦੇ ਕੋਲ? ਨਜਾਇਜ਼? ਹਾਂਜੀ, ਨਜਾਇਜ਼ ਹੈ। ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਪੁਲਿਸ ਨੇ ਕੋਈ ਕਾਰਵਾਈ ਨਹੀਂ ਸਾਡੇ ਨਾਲ ਕੀਤੀ ਹੈ, ਸਾਡੀ ਸੁਣਵਾਈ ਨਹੀਂ ਹੋਈ, ਨਾ ਹੀ ਸਾਨੂੰ ਉਹਨਾਂ ਨੇ ਕਿਹਾ ਹੈ ਕਿ ਵੀ ਆਉਂਦਾ, ਤਾਂ ਦਰਖਾਸਤ ਅੱਗੇ ਗਈ ਹਲੇ ਤੀਕ। ਕਿਹੜਾ ਥਾਣਾ ਲੱਗਦਾ ਸਾਨੂੰ? 7 ਨੰਬਰ ਚੁੰਗੀ ਦਾ ਥਾਣਾ ਲੱਗਦਾ ਹੈ, ਕੈਂਟ ਦਾ। ਕੋਈ ਕਾਰਵਾਈ ਨਹੀਂ ਹੋਈ। ਕੀ ਮੰਗਦੇ ਹੋ ਤੁਸੀਂ? ਹਾਂ, ਸਾਡੀ ਮੰਗ ਸਾਨੂੰ ਇਨਸਾਫ ਦਿਲਾ ਦਿਓ, ਸਭੀ ਸਾਰ ਸੀ ਬਾਹਰ ਅੰਦਰ ਜਾਣਾ ਹੁੰਦਾ ਤਾਂ ਮੇਰੇ ਬੱਚੇ ਛੋਟੇ, ਕੱਲ੍ਹ ਨੂੰ ਕੋਈ ਕੁਛ ਕਰਤਾ ਤਾਂ ਸਾਨੂੰ ਸਾਡੇ ਜਾਣ ਦੀ ਧਮਕੀ ਦਿੱਤੀ ਹੋਈ ਹੈ, ਸਾਡੇ ਪਰਿਵਾਰ ਦੇ ਜੀ ਨੂੰ ਕੁਛ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ? ਹਾਂਜੀ, ਸਾਨੂੰ ਇਹੀ ਮੰਗ ਹੈ ਕਿ ਵੀ ਸਾਨੂੰ ਇਨਸਾਫ ਚਾਹੀਦਾ, ਮੇਰੀ ਕੁੜੀ
नाबालिग है स्कूल जाना हों कि पढ़ने जाना हों सू तो डर रहा भी इन कुछ गलत ना करते इसलिए शराब पीती सी मेरी पोतरी ने हरकतां गंदियां करन लगा सी मेरी पोतरी भज के आ गई चली मम्मा नूं बुलाण ते मम्मा आई ते उन्हें सिर च इट्टां मारियां सिर पाड़ दिता उन्हें टांके लगे एक मेरा बेटा है उन्हें बहुत कुटिया उन्होंने पहले उन्हें कुटिया सी फिर साढ़े अंदर वड़ गया भांडे मांजन लोग बहार अंदर जा नहीं सकते साडे गल पैंदा है धमकियां देंदा सानू जानू मिति 26/23 साढ़े के 4 बजे ये जी पीड़िता छालनी है बाहरों आई सी ते सचिन उर्फ नन्ना वासी ग्वाल मंडी वो इन्हां दे घरों बाहर निकलिया सी जिसका ये छालनी ने उहदी दादी नूं लामा दिता सी ये लामा छालनी क्यों देन गई इसे गुस्से विच आ के उन्हें छालनी तो वो दियोर जस्से दे सट्टा मारियां सर ये छोटी लड़की नाल भी छेड़छाड़ की गई वो बारे की मामला दर्ज किया वो बयान छेड़छाड़ बारे आया वो जरा अकॉर्डिंग आया जरा भी कोई मुकदमा बनता लड़की तो घर वड़ के उन्हें कपड़े पड़े सर दोषी ने की मामला दर्ज हाँ जी हाँ जी ये ना जो भी बयान उन्होंने लिखाया उसके नाल संबंधित जो कार्रवाई बनती है की जाऊगी कि एक लड़की ना छेड़छाड़ की थी कि धारा लगा के सर ये पासको एक्ट होंगे नाबालिग ना हाँ जी हाँ जी पासको एक्ट तो होर कि धारा लगा के होर जी आम सट्टा नहीं होंगे 323/34 आई पी सी कि सचिन उर्फ नन्ना वासी ग्वाल मंडी दो अणपछाते दो लड़के होर है ਕੀ ਉਹਨਾਂ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਜਲਦੀ ਗ੍ਰਿਫਤਾਰ ਕੀਤਾ ਜਾਊਗਾ